ਅਕਾਲੀ ਦਲ ਦੀ ਤੇ ਕਾਂਗਰਸ ਦੀ ਮਾਕੇ ਦੂਜੇ ਤੇ ਤੀਜੀ ਪੋਜੀਸ਼ਨ ਵਾਸਤੇ ਫਾਈਟ ਹੈਗੀ ਆ ਲਗਭਗ ਖੁੱਡੀਆਂ ਜਿਹੜੇ ਹੈ ਮਾਕੇ ਹੈਗਾ ਉਹਨਾਂ ਨੂੰ ਕਾਫੀ ਇਹਨਾਂ ਚੀਜ਼ਾਂ ਦਾ ਫਾਇਦਾ ਹੋਣ ਲੱਗਿਆ ਸ਼ਰਾਫਤ ਨੂੰ ਵੀ ਲੋਕ ਵੋਟ ਪਾਉਂਦੇ ਆ ਜੋ ਸਾਰਾ ਜਿਹੜਾ ਹੈਗਾ ਉਹ ਫੈਕਟਰ ਉਹਨਾਂ ਨੂੰ ਬੈਨੀਫਿਟ ਦੇਊਗਾ ਤੇ ਕੁੱਲ ਮਿਲਾ ਕੇ ਲੱਗਦਾ ਕਿ ਇਹ ਬਹਿੰਡਾ ਸੀਟ ਆ ਇਹ ਆਮ ਆਦਮੀ ਪਾਰਟੀ ਦੇ ਖਾਤੇ ਜਾ ਸਕਦੀ ਹੈ ਇਥੇ ਦੂਸਰਾ ਜਿਹੜਾ ਕੰਟੈਂਡਰ ਮੰਨਿਆ ਜਾਂਦਾ ਮੈਂ ਕਹਿੰਨਾ ਵੀ ਲੱਖਾ ਸਿਧਾਣਾ ਲੱਖੇ ਸਿਧਾਣੇ ਨੂੰ ਜਿਹੜੀ ਵੋਟ ਪੈਣੀ ਆ ਉਹ ਮੈਂ ਕਹਣਾ ਵੈਸੇ ਦੇਖੋ ਉਹਦਾ ਚੌਥੇ ਜਾਂ ਪੰਜਵੇਂ ਨੰਬਰ ਤੇ ਲੜਾਈ ਆ ਉਹਦੀ ਮਾਕੇ ਲੜ ਜਿਹੜੀ ਫਾਈਟ ਹੈਗੀ ਆ ਉਹ ਹੈਗੀ ਆ ਜਿਹੜੇ ਆਪਣੇ ਮਲੂਕੇ ਦੀ ਨੂੰ ਆ ਭਾਜੀ ਜੀ ਨਾਲ ਉਹਨਾਂ ਤੋਂ ਦੇਖੋ ਕਿਡਾ ਵਾਦੇ ਮਾਕੇ ਲੈ ਕੇ ਜਾਂਦਾ ਪਰ ਇਹ ਦੋਨਾਂ ਦਾ ਨੁਕਸਾਨ ਬਾਦਲ ਪਰਿਵਾਰ ਨੂੰ ਹੋ ਰਿਹਾ ਸੰਗਰੂਰ ਦੇ ਲੋਕਣਾ ਬਈ ਸਿਆਣੇ ਬਹੁਤ ਨੇ ਸੰਗਰੂਰ ਦੇ ਲੋਕਾਂ ਨੇ ਪਿਛਲੀ ਵਾਰ ਵੀ ਆਪਾਂ ਦੇਖਿਆ ਪਿਛਲੀ ਵਾਰ ਕੀ ਆ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਹੀ ਸੀਗੀ ਆਮ ਆਦਮੀ ਪਾਰਟੀ ਨੂੰ ਕਿ ਮੂੰਹ ਦੇ ਮੂੰਹ ਸਿਰਦਾ ਤਾਂ ਉਹ ਲੋਕਾਂ ਦੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਲਾਇਆ ਜਾਵੇ ਤੇ ਪ੍ਰਭਾਵ ਦੇ ਹਿਸਾਬ ਨਾਲ ਲਾਇਆ ਜਾਵੇ ਤਾਂ ਉਹ ਸੀਟ ਲ ਬਾਕੀ ਨੂੰ ਕੀ ਆਏ ਤੋਂ ਕਿਨਾਰਾ ਕਰਗੀ। ਕੋਸ਼ੇ ਦੇ ਬਿਆਨਬਾਜ਼ੀ ਕਰਕੇ ਲਾ ਲੋ। ਸਿਮਰਨਜੀਤ ਮਾਨ ਦੀ ਆਪਣੀ ਬਿਆਨਬਾਜ਼ੀ ਵੀ ਉਹਨੂੰ ਕਿਤੇ ਨਾ ਕਿਤੇ ਨੁਕਸਾਨ ਦੇਊਗੀ ਇਸ ਇਲੈਕਸ਼ਨ ਦੇ ਵਿੱਚ। ਜਿਵੇਂ ਸਿੱਧੂ ਮੂਸੇਵਾਲੇ ਤੇ ਦੀਪ ਸਿੱਧੂ ਦੇ ਇੱਕ ਪਾਸੇ ਦਾ ਪੋਸਟਰਾਂ ਤੇ ਫੋਟੋ ਲਾਈ ਜਾਂਦੇ ਆ। ਦੂਜੇ ਪਾਸੇ ਇੱਕ ਪਾਸੇ ਉਹੀ ਮਾ ਕੇ ਸਿਮਰਨਜੀਤ ਮਾਨ ਕਹਿ ਰਿਹਾ ਕਿ ਇਹਨਾਂ ਦਾ ਮੇਰੀ ਜਿੱਤ 'ਚ ਪਿਛਲੀ 'ਚ ਕੋਈ ਰੋਲ ਹੀ ਹੈ ਨਹੀਂ। ਕਿ ਲੁਧਿਆਣੇ 'ਚ ਕੀ ਆ ਬੜਾ ਰੋਸ ਆ ਭਾਜਪੀ ਨਾਲ। ਉਥੇ ਭਾਜਪੀ ਦਾ ਪੱਕਾ ਕੋਈ ਵੋਟ ਬੈਂਕ ਨਹੀਂ। ਉਹਦਾ ਰਾਜਾਪੁਰੇ ਨੂੰ ਬੜਾ ਫਾਇਦਾ ਹੋਇਆ ਬੈਂਸ ਬੈਂਸਾਂ ਦੇ ਆਉਣ ਦਾ। ਬੜਾ ਸੌਖਾ ਇਹ ਸੀਟ ਮੇਰੇ ਖਿਆਲ ਦੇ ਵਿੱਚ ਜਿੱਤ ਰਿਹਾ ਉਥੋਂ ਜਲੰਧਰ ਮੁਕਾਬਲਾ ਜ਼ਰੂਰ ਹੈਗਾ ਪਰ ਉਸੇ ਚਰਨਜੀਤ ਚੰਨੀ ਦਾ ਲਗਭਗ ਅਪਰ ਹੈਂਡ ਉਹ ਲਗਭਗ ਸੀਟ ਕਲੀਅਰ ਕਰਨਗੇ ਪਵਨ ਕੁਮਾਰ ਟੀਨੂ ਨਾਲ ਹੀ ਉਹਦਾ ਮੁਕਾਬਲਾ ਹੋਣਾ ਜਿਹੜਾ ਆਮ ਆਦਮੀ ਪਾਰਟੀ ਦਾ ਮੱਕੇ ਕੈਂਡੀਡੇਟ ਹੈਗਾ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਪੂਰੇ ਦੇਸ਼ ਦੇ ਵਿੱਚ ਚੋਣਾਂ ਇੱਕ ਤਰੀਕ ਨੂੰ ਖਤਮ ਹੋ ਚੁੱਕੀਆਂ ਹਨ ਹੁਣ ਰਿਜ਼ਲਟ 4 ਤਰੀਕ ਨੂੰ ਆਉਣਾ ਹੈ ਯਾਨੀ ਕਿ ਕੱਲ ਆਉਣਾ ਹੈ ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਆਇਆ ਹੈ ਜਿਹੜੇ ਦੇਸ਼ ਦੇ ਵਿੱਚ ਐਨਡੀਏ ਦੀ ਸਰਕਾਰ ਬਣਾ ਰਹੇ ਹੈ ਤੇ ਪੰਜਾਬ ਦੇ ਵਿੱਚ ਵੀ ਉਹ ਭਾਈਪਾ ਨੂੰ ਕਈ ਸੀਟਾਂ ਦੇ ਰਿਹਾ ਹੈ ਕੀ ਇਹ ਐਗਜ਼ਿਟ ਪੁਲ ਸਹੀ ਨੇ ਤੇ ਪੰਜਾਬ ਦੀ ਜਨਤਾ ਕੀ ਸੋਚਦੀ ਹੈ ਕੱਲ ਨੂੰ ਕਿਸ ਨੂੰ ਚੁਣੇਗੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਇੱਕ ਇੱਕ ਸੀਟ ਨੂੰ ਲੈ ਕੇ ਚਰਚਾ ਕਰਾਂਗੇ ਮੇਰੇ ਨਾਲ ਲੋਕ ਅਧਿਕਾਰ ਲਾਇਰ ਤੋਂ ਬਾਈ ਰੁਪਿੰਦਰ ਰਹਿਣਗੇ ਬਾਈ ਸਤਿ ਸ਼੍ਰੀ ਅਕਾਲ ਲੋਕਵਾਜ ਦੇਖਣ ਆਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਈ ਜੀ ਆਪਾਂ ਸ਼ੁਰੂਆਤ ਕਰੀਏ ਮਾਲਵੇ ਤੋਂ ਹੀ ਕਰ ਲਈਏ ਮਾਲਵੇ ਦੀ ਸਭ ਤੋਂ ਪਹਿਲਾਂ ਸੀਟ ਜਿਹੜੀ ਸਭ ਤੋਂ ਚਰਚਾ ਸੀਟ ਵੀ ਹੈ ਬਠਿੰਡਾ ਬਠਿੰਡਾ ਤੋਂ ਕੀ ਮਾਹੌਲ ਰਹਿਣ ਵਾਲਾ ਇਸ ਵਾਰ ਬਠਿੰਡਾ ਤੋਂ ਵੀ ਆਏ ਆ ਕਿ ਜਿਵੇਂ ਮਾਹੌਲ ਆਪਾਂ ਦੇਖੀਏ ਕਿ ਲੋਕਾਂ ਨੇ ਪੂਰੇ ਪੰਜਾਬ ਚੋਂ ਹੀ ਅੰਨਿਆ ਚੋ ਕਾਣੇ ਚੋਨੇ ਆ ਬਾਕੀ ਇਹ ਕੀ ਤਿਤਲੀਆਂ ਜਿਹੜੀਆਂ ਉੱਡੀਆਂ ਫਿਰਦੀਆਂ ਨੇ ਉਹਨਾਂ ਨੂੰ ਵੀ ਲੋਕਾਂ ਨੇ ਸਾਫ ਕਿ ਸਿਖਾਉਣਾ ਲੋਕ ਮੰਨ ਚ ਬਹੁਤ ਕੁਸ਼ਤਾਰੀ ਬੈਠੇ ਆ ਤੇ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਸਿਨੈਰੀਓ ਬਣ ਰਿਹਾ ਉਹ ਸਾਰਾ ਉਹੀ ਕੁਛ ਇੱਥੇ ਪੰਜਾਬ ਦੇ ਵਿੱਚ ਮੈਂ ਕਿ ਇੱਥੇ ਵੀ ਬਣਨਾ ਪਰ ਇੱਥੇ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਹੈਗਾ ਵੀ ਮੁਕਾਬਲਾ ਜਿਵੇਂ ਦੇਖਿਆ ਜਾਂਦਾ ਵੀ ਕਾਂਗਰ ਆਮ ਆਦਮੀ ਪਾਰਟੀ ਚ ਲਗਭਗ ਸਾਰੀਆਂ ਸੀਟਾਂ ਤੇ ਇੱਕ ਦੋ ਜਿਹੜੀਆਂ ਆਜ਼ਾਦ ਜਿੱਥੇ ਕੰਟੈਂਡਰ ਚੰਗੀ ਪੋਜੀਸ਼ਨ ਚ ਹੈਗੇ ਆ ਪਰ ਇੱਥੇ ਸਾਰੇ ਪੰਜਾਬ ਨਾਲੋਂ ਥੋੜਾ ਉਲਟ ਜ਼ਰੂਰ ਹੈਗਾ ਕਿਉਂਕਿ ਇੱਥੇ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਤੇ ਦੂਸਰਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰ ਦਿਖਾਈ ਦਿੰਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਠਿੰਡੇ ਤੋਂ ਬਿਲੋਂਗ ਵੀ ਕਰਦੇ ਆ ਤੇ ਸਾਰਾ ਜਿਹੜਾ ਜ਼ੋਰ ਸੀ ਆਪਣੀ ਸ਼ਾਖ ਨੂੰ ਬਚਾਉਣ ਵਾਸਤੇ ਤੇ ਵੱਡੀ ਗੱਲ ਇਹ ਆ ਵੀ ਅਕਾਲੀ ਦਲ ਦੇ ਵਿੱਚ ਬਾਦਲਾਂ ਨੂੰ ਸਰਵਾਈਵ ਕਰਨ ਵਾਸਤੇ ਮੈਨੂੰ ਉਹਨੂੰ ਇੱਕ ਸੀਟ ਘੱਟੋ-ਘੱਟ ਜਿੱਤਨੀ ਜ਼ਰੂਰੀ ਹੈ ਤੇ ਉਹ ਵੀ ਬਾਦਲ ਪਰਿਵਾਰ ਚੋਂ ਜਿੱਤਨੀ ਜ਼ਰੂਰੀ ਹੋਣ ਕਰਕੇ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਤਲਾਂਜਲੀ ਦਿੱਤੀ ਤੇ ਇਹ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਸੀਟਾਂ ਤੇ ਅਕਾਲੀ ਦਲ ਹਾਸ਼ੀਏ ਤੇ ਜਾਣਾ ਤੇ ਮੈਂ ਕਿਹਾ ਵੱਤ ਤੋਂ ਮਾਕੇ ਬੱਤਰ ਹਾਲਾਤ ਹੋਣੇ ਪਰ ਬਠਿੰਡੇ ਦੇ ਵਿੱਚ ਸਾਰਾ ਤਾਕਤ ਝੋਕਣ ਕਰਕੇ ਇੱਥੇ ਮੁਕਾਬਲੇ 'ਚ ਵੀ ਹੈਗੇ ਆ ਬਾਕੀ ਪਿਛਲੇ ਤਿੰਨ ਦਫਾ ਇੱਥੇ ਰਹਿਣ ਕਰਕੇ ਵੀ ਮਾਕੇ ਚੱਲ ਰਿਹਾ ਸਿਸਟਮ ਜਿਵੇਂ ਸੈਂਟਰ 'ਚ ਕਹਿੰਦੇ ਆ ਕਿ ਮੋਦੀ ਆ ਪਈ ਜਾਂਦਾ ਨਹੀਂ ਇਥੇ ਵੀ ਲੋਕਾਂ ਦੇ ਪਰਸਪੈਕਟਿਵਨ ਖੜੀ ਕੀਤੀ ਗਈ ਕਿ ਭਾਈ ਬੀਬਾ ਤਾਂ ਹਾਰਦੀ ਨਹੀਂ ਜਿਵੇਂ ਪਿਛਲੀ ਵਾਰ ਮਨਪ੍ਰੀਤ ਬਾਦਲ ਨੂੰ ਕਹਿੰਦੇ ਜਮਾ ਜਿੱਤਿਆ ਖੜਾ ਸੀ ਉਦੋਂ ਬਾਅਦ ਕਹਿੰਦੇ ਵੀ ਜਿਤਾਤਾ ਇਹਨਾਂ ਨੂੰ ਬੀਬਾ ਨਾਲ ਸੈਟਿੰਗ ਹੋ ਗਈ ਪਿਛਲੀ ਵਾਰ ਵੀ ਕਹਿੰਦੇ ਸੈਟਿੰਗ ਹੋ ਗਈ ਸੀਗੀ ਜੀ ਤਾਂ ਸੈਟਿੰਗ ਕਰ ਜਾਣਗੇ ਗਰਮੀਤ ਖੁੱਡੀਆਂ ਕਹਿੰਦੇ ਆਮ ਸੁਧਾਰਨ ਪਰਿਵਾਰ ਚੋਂ ਉਹਨੂੰ ਕੀ ਲਈ ਬੈਠੇ ਆ ਇਹ ਗੱਲਾਂ ਚਲਾਈਆਂ ਗਈਆਂ ਇੱਥੇ ਪ੍ਰਚਾਰ ਵੀ ਕੀਤਾ ਗਿਆ ਪਰ ਗਰਮੀਤ ਸਿੰਘ ਖੁੱਡੀਆਂ ਇੱਕ ਤਾਂ ਆਪਣੇ ਪਿਛੋਕੜ ਕਰਕੇ ਠੀਕ ਹੈ ਮੈਂ ਕਹਿੰਦਾ ਵੀ ਇੱਥੇ ਕੋਈ ਵੀ ਕੰਟੈਂਡਰ ਹੋਰ ਖੜਾ ਕਰ ਦਿੱਤਾ ਜਾਂਦਾ ਸ਼ਾਇਦ ਆਮ ਆਦਮੀ ਪਾਰਟੀ ਦੇ ਕੰਟੈਂਡਰ ਨੇ ਵੀ ਮੁਕਾਬਲੇ 'ਚ ਨਹੀਂ ਹੋਣਾ ਸੀ ਫਿਰ ਕਾਂਗਰਸ ਤੇ ਇਹਨਾਂ ਦਾ ਮੁਕਾਬਲਾ ਹੁੰਦਾ ਪਰ ਗਰਮੀਤ ਸਿੰਘ ਖੁੱਡੀਆਂ ਦੇ ਕਰਤਾਰ ਕਰਕੇ ਲਾ ਲੋ ਸਭ ਤੋਂ ਵੱਡੀ ਜਿਹੜੀ ਗੱਲ ਆ ਤੇ ਦੂਸਰਾ ਜਿਹੜਾ ਹੈਗਾ ਵੀ ਉਹਨਾਂ ਦੇ ਕਰਤਾਰ ਨੂੰ ਲੋਕਾਂ ਨੇ ਜਾਣਦੇ ਨੇ ਨੇੜੇ ਹੋਣ ਕਰਕੇ ਸੀ ਇਸੇ ਹਲਕੇ ਦੇ ਏਰੀਆ ਦੇ ਵਿੱਚੋਂ ਰਹਿਣ ਵਾਲਾ ਪਰਿਵਾਰ ਸੀਗਾ ਇੱਕ ਉਹਨਾਂ ਦੇ ਜਿਹੜੇ ਜਗਦੇਵ ਸਿੰਘ ਖੁੱਡੀਆਂ ਪਿਓ ਵਾਪਸੀ ਲਗਭਗ ਹਰ ਪਿੰਡ 'ਚ ਜਿੱਥੇ ਜਾਂਦੇ ਆ ਹਰੇਕ 'ਚੋਂ ਕੋਈ ਨਾ ਕੋਈ ਬਜ਼ੁਰਗ ਉਹਨਾਂ ਦੇ ਮੈਂ ਕਿ ਪਿਓ ਦੇ ਭੋਗ ਤੇ ਜ਼ਰੂਰ ਪਹੁੰਚ ਠੀਕ ਹੈ ਤਾਂ ਲੋਕ ਕਰਤਾਰ ਨੂੰ ਜਾਣਦੇ ਸੀ ਕਰਤਾਰ ਨੂੰ ਵੋਟ ਪੈ ਵੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਮੈਂ ਇਹੀ ਗੱਲ ਕਰਦਾ ਕੱਲੀ ਬਠਿੰਡਾ ਸੀਟ ਹੈ ਜਿੱਥੇ ਕਰਤਾਰ ਦੀ ਲੜਾਈ ਹੋ ਸਕਦੀ ਹੈ ਤੇ ਇਥੇ ਕਰਤਾਰ ਦੀ ਲੜਾਈ ਹੋਈ ਆ ਦੂਜੀ ਗੱਲ ਕਿਤੇ ਨਾ ਕਿਤੇ ਨਾ ਆਪਣਾ ਜਿਹੜਾ ਅਕਾਲੀ ਦਲ ਉਹ ਪਛੜਿਆ ਇੱਕ ਦੋ ਗੱਲਾਂ ਕਰਕੇ ਫੈਕਟਰ ਨੇ ਬਈ ਜਿੰਨਾ ਕਰਕੇ ਕੀ ਹੈ ਜਿਵੇਂ ਆਪਾਂ ਕਹਿੰਦੇ ਵੀ ਜਿੱਤਣ ਨਾਲੋਂ ਨਾ ਕਿਸੇ ਦੇ ਜੋੜਾਂ 'ਚ ਜਿਹੜੇ ਬੰਦੇ ਬੈਠਦੇ ਆ ਉਹ ਮਾ ਕੇ ਜਿਆਦਾ ਮੈਟਰ ਕਰਦੇ ਹੁੰਦੇ ਆ ਅਸੀਂ ਗੱਲ ਕਰੀਏ ਤਾਂ ਬਠਿੰਡੇ ਤੋਂ ਮਾਕੇ ਜ਼ਿਆਦਾਤਰ ਇਹਨਾਂ ਦੇ ਜੋੜਾ 'ਚ ਬੈਠਣ ਵਾਲੇ ਬੰਦੇ ਕੌਣ-ਕੌਣ ਨੇ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦਾ ਆਪਣਾ ਕੀ ਆ ਹਮਸਾਇਆ ਸੀ ਇਹਨਾਂ ਦਾ ਸਾਇਆ ਹੀ ਕਹਿ ਦਿੰਨੇ ਆਪਾਂ ਮਲੂਕਾ ਪਰਿਵਾਰ ਸੀ ਉਹਨਾਂ ਦੀ ਨੂੰਹ ਦਾ ਖੜਾ ਹੋਣਾ ਉਹ ਵੀ ਭਾਜੀਪੀ 'ਚ ਤੇ ਉਹ ਵੀ ਕੀ ਆ ਲਗਭਗ ਉਹਨਾਂ ਵੱਲੋਂ ਖੁੱਭ ਗਈ ਸੀ ਪਹਿਲਾਂ ਲੋਕ ਪ੍ਰਚਾਰ ਕਰਦੇ ਸੀ ਵੀ ਸ਼ਾਇਦ ਸਾਨੂੰ ਵੀ ਇਹ ਲੱਗਣਾ ਸੀ ਕਿ ਦਿਨਾਂ ਕਿਤੇ ਵੀ ਯਾਰ ਕੋਈ ਗਣੀਮਤੀ ਸਕੀਮ ਨਾ ਹੋਵੇ ਪਰ ਉਹਨਾਂ ਨੇ ਡਟ ਕੇ ਕੀ ਆ ਪ੍ਰਚਾਰ ਵੀ ਕੀਤਾ ਤੇ ਲਗਭਗ ਕੀ ਹੈ ਚੰਗੀ ਪੋਜੀਸ਼ਨ ਦੇ ਵਿੱਚ ਨੇ ਕੋਈ ਬਹੁਤਾ ਮਾੜਾ ਕੰਡੀਸ਼ਨ ਨਹੀਂ ਜਿੱਥੇ ਜਿੱਥੇ ਮੈਂ ਸ਼ਹਿਰੀ ਵੋਟਰਾਂ ਚੋਂ ਕਰਦੇ ਸੀ ਕਿ ਵੋਟ ਲੈ ਕੇ ਜਾਣਗੇ ਉਹਦੇ ਨਾਲ-ਨਾਲ ਪਈ ਜਿਵੇਂ ਨਾਲ ਪੁੱਛੋ ਹਲਕਾ ਰਹਿ ਜਾਂਦਾ ਪਿੰਡੂ ਹਲਕਾ ਪਰ ਕਿਤੇ ਨਾ ਕਿਤੇ ਮਲੂਕਾ ਪਰਿਵਾਰ ਦਾ ਉੱਥੇ ਪ੍ਰਭਾਵ ਹੈਗਾ ਮੁੱਢ ਤੋਂ ਲੋਕ ਪੁਰਾਣੇ ਉਹਨਾਂ ਦੇ ਪਰਿਵਾਰ ਨਾਲ ਜੁੜਿਆ ਲੋਕਾਂ ਨੇ ਕੰਮ ਲਿਆ ਤਾਂ ਉਥੋਂ ਪਿੰਡਾਂ ਦੇ ਵਿੱਚੋਂ ਚੰਗੀ ਵੋਟ ਲੈ ਰਹੇ ਆ ਉਹ ਸ਼ਹਿਰਾਂ ਦੇ ਵਿੱਚੋਂ ਵੈਸੀ ਲਾ ਲੋ ਬਠਿੰਡਾ ਸ਼ਹਿਰੀ ਦੇ ਵਿੱਚੋਂ ਵੋਟ ਬੀਜੇਪੀ ਨੂੰ ਬਹੁਤ ਪੈਣੀ ਆ ਤੇ ਮੋੜ ਦੇ ਵਿੱਚੋਂ ਲੋਕ ਖਫਾ ਸੀਗੇ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਵੀ ਲੋਕ ਖੁਸ਼ ਹੈ ਨਹੀਂ ਉਹਦਾ ਵੀ ਵਿਰੋਧ ਹੈਗਾ ਦੂਜੀ ਗੱਲ ਇਹ ਆ ਕਿ ਜਿੱਥੇ ਵੀ ਮਹਾਜਨ ਪਾਈਚਾਰਾ ਹੈਗਾ ਰਾਮ ਮੰਦਰ ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ ਪਰ ਲੋਕਾਂ ਜਿਹੜੇ ਆਸਥਾ ਜਿਹੜੇ ਰੱਖਦੇ ਆ Hindu dharm ਜੋ ਉਹਨਾਂ ਵਾਸਤੇ ਬੜਾ ਵੱਡਾ ਮਾਕੇ ਹੈਗਾ ਇਸ ਕਰਕੇ ਜਿੰਨੀਆਂ ਮੰਡੀਆਂ ਨੇ ਉਹਨਾਂ ਸਾਰਿਆਂ ਚੋਂ ਲਗਭਗ BJP ਨੂੰ ਵੋਟ ਵੱਧ ਨਿਕਲਨੀ ਆ ਤਾਂ ਇਸ ਕਰਕੇ ਜਿਹੜੀ ਇਹ ਸੀਟ ਆ ਇਥੇ ਦੂਸਰਾ ਜਿਹੜਾ ਕੰਟੈਂਡਰ ਮੰਨਿਆ ਜਾਂਦਾ ਮੈਂ ਕਹਿੰਨਾ ਵੀ ਲੱਖਾ ਸਧਾਨਾ ਲੱਖੇ ਸਧਾਨੇ ਨੂੰ ਜਿਹੜੀ ਵੋਟ ਪੈਣੀ ਆ ਉਹ ਮੈਂ ਕਹਿੰਦਾ ਵੀ ਵੈਸੇ ਦੇਖੋ ਉਹਦਾ ਚੌਥੇ ਜਾਂ ਪੰਜਵੇਂ ਨੰਬਰ ਤੇ ਲੜਾਈ ਆ ਉਹਦੀ ਮਾਕੇ ਲੜ ਜਿਹੜੀ ਫਾਈਟ ਹੈਗੀ ਆ ਉਹ ਹੈਗੀ ਆ ਆਪਣੀ ਜਿਹੜੇ ਆਪਣੇ ਮਲੂਕੇ ਦੀ ਨੂੰਹ ਆ ਬੀਜੇਪੀ ਨਾਲ ਉਹਨਾਂ ਤੋਂ ਦੇਖੋ ਕਿਡਾ ਵੱਧੇ ਮਾਕੇ ਲੈ ਕੇ ਜਾਂਦਾ ਪਰ ਇਹ ਦੋਨਾਂ ਦਾ ਨੁਕਸਾਨ ਬਾਦਲ ਪਰਿਵਾਰ ਨੂੰ ਹੋ ਰਿਹਾ ਕਿਉਂਕਿ ਜਿਹੜਾ ਐਂਟੀ ਕੰਪੈਂਸਿਵ ਵੋਟ ਹੈ ਜਿਹੜੀ ਜਿਵੇਂ ਮੁੰਡਿਆਂ ਤੇ ਐਨਐਸਏ ਲਾਤਾ ਜੀ ਉਹਦੇ ਚ ਮਾਕੇ ਭਗਵੰਤ ਮਾਨ ਨੂੰ ਦੋਸ਼ੀ ਦੱਸਣਾ ਹੋਰ بڑے ਮਸਲੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਦੋਸ਼ੀ ਬਣਾ ਮਾਕੇ ਕਟਾਰੇ ਚ ਖੜੀ ਅੱਜ ਜਿਹੜੀ ਆਮ ਆਦਮੀ ਸਰਕਾਰ ਆ ਉਹ ਜਿਹੜੀ ਵੋਟ ਹੈਗੀ ਐਂਟੀ ਕੰਪੈਂਸਿਵ ਵੋਟ ਭੂਤ ਨਹੀਂ ਕਿੱਥੇ ਸੀ ਕਿਤੇ ਨਾ ਕਿਤੇ ਜਿਹੜਾ ਕੀ ਹੈ ਇਸ ਏਰੀਏ ਦੇ ਵਿੱਚ ਸਟਰੋਂਗ ਕੈਂਡੀਡੇਟ ਸੀ ਜਿਹਨੂੰ ਜਿਤਾਉਣ ਵਾਸਤੇ ਲੋਕਾਂ ਨੇ ਸੋਚਣਾ ਸੀ ਵੀ ਇਹਨਾਂ ਨੂੰ ਹਰਾਉਣ ਵਾਸਤੇ ਇਹਨੂੰ ਵੋਟ ਪਾਈਏ ਤਾਂ ਉਹ ਜਿਹੜੀ ਸਾਰੀ ਐਂਟੀ ਕੰਪੈਂਸਿਵ ਵੋਟ ਆ ਉਹ ਸਾਰੀ ਲਗਭਗ ਇਹ ਲੱਖੇ ਸਿਧਾਣੇ ਨੇ ਵੀ ਸਾਂਭਣੀ ਆ ਯੂਥ ਆ ਜਿਹੜਾ ਉਹਨੇ ਵੀ ਉਧਰ ਨੂੰ ਝਕਾ ਖਾਣਾ ਪਰ ਲੱਖੇ ਸਿਧਾਣੇ ਨੂੰ ਜਿਹੜਾ ਮੈਂ ਕਹਿੰਦਾ ਸਿਮਰਜੀਤ ਮਾਨ ਦੇ ਵੱਲੋਂ ਜਿਹੜੀ ਸਪੋਰਟ ਮਿਲੀ ਉਹਦਾ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਮੇਰੇ ਖਿਆਲ ਜਿਹੜੀਆਂ ਪੰਥਕ ਮਾ ਕੇ ਹਵਾ ਗਈ ਉਹ ਸਿਰਫ ਤਿੰਨ ਕ ਹਲਕਿਆਂ 'ਚ ਫਿਰੀ ਆ ਖੜੂਰ ਸਾਹਿਬ ਲੱਲ ਗਿਆ ਆਪਾਂ ਜਾਂ ਫਰੀਦਕੋਟ ਦੇ ਵਿੱਚ ਵੱਡੇ ਪੱਧਰ ਤੇ ਤੇ ਇੱਕ ਸਿਮਰਜੀਤ ਮਾਨ ਨੂੰ ਆਪ ਨੂੰ ਮਾ ਕੇ ਜਿੰਨੀ ਕਮਾ ਕੇ ਹੈਗੀ ਉਹ ਹਵਾ ਦਾ ਫਾਇਦਾ ਹੋਣਾ ਬਾਕੀ ਇੱਥੇ ਬਾਹਲਾ ਫਾਇਦਾ ਨਹੀਂ ਹੋਣਾ ਉਹ ਵੋਟ ਜਿਹੜੀ ਹੈਗੀ ਲੱਖੇ ਸਿਧਾਣੇ ਨੂੰ ਬਹੁਤੀ ਤਾਂ ਨਹੀਂ ਮਾ ਕੇ ਪੈ ਸਕਦੀ ਹਾਂ ਜਿਹੜੀ ਮਾ ਕੇ ਐਂਟੀ ਕੰਪੈਂਸਿਵ ਵੋਟ ਆ ਯੂਥ ਦੇ ਵਿੱਚ ਰੋਸ ਹੈਗਾ ਤਾਂ ਉਹ ਰੋਸ ਵਾਲੀ ਵੋਟ ਉਹਨੂੰ ਪੈਣੀਆਂ ਲਗਭਗ ਮੇਰੇ ਖਿਆਲ ਜਿਵੇਂ ਪਹਿਲਾਂ ਲੱਗਦਾ ਸੀ 50-60 ਹਜ਼ਾਰ ਤੇ ਹੁਣ ਲੱਗਦਾ ਕਿ ਉਹ 80 ਹਜ਼ਾਰ ਜਾਂ ਲਗਭਗ ਲੱਖ ਦੇ ਵਿੱਚ ਵਿੱਚ ਵੋਟ ਕੀ ਆ ਲੱਖਾ ਸਿਧਾਣਾ ਵੀ ਲੈ ਕੇ ਜਾਊਗਾ ਤੇ ਇਹ ਦੋਨੇ ਫੈਕਟਰ ਕੀ ਆ ਬਾਦਲਾਂ ਦੀਆਂ ਜੜ ਖੁੱਡੀਆਂ ਨੂੰ ਜਿਹੜਾ ਮੈਂ ਕਿਹਾ ਇੱਕ ਹੋਰ ਜਿਹੜਾ ਵੱਡਾ ਫੈਕਟਰ ਆ ਬਠਿੰਡੇ ਦੇ ਵਿੱਚੋਂ ਦੇਖੋ ਪਿਛਲੀ ਵਾਰ ਇਹਨਾਂ ਨੇ ਪੈਸਾ ਵੰਡਿਆ ਪੈਸੇ ਵਾਲੀ ਵੋਟ ਬਾਈ ਮਨਿੰਦਰ ਨਾਲ ਕੇ ਪੈ ਜਾਂਦੀ ਹੁੰਦੀ ਸੀ ਪਰ ਪਿਛਲੀਆਂ ਵੋਟਾਂ 'ਚ ਰੁਝਾਨ ਕੀ ਰਿਹਾ ਲੋਕਾਂ ਨੇ ਪੈਸੇ ਵੀ ਲਏ ਪਰ ਵੋਟ ਛਾੜੂ ਨੂੰ ਪਾਈ ਲੋਕਾਂ ਦੇ ਅੰਦਰ ਦਰਦ ਸੀ ਲੋਕ ਕੀ ਇਹਨਾਂ ਨੂੰ ਤਲਾੰਜਲੀ ਦੇਤੀ ਸੀ ਲੋਕਾਂ ਨੂੰ ਇੱਕ ਆਸ ਲੱਗਦੀ ਸੀ ਵੀ ਇਨਕਲਾਬ ਇਹ ਲੈ ਕੇ ਆਉਣਗੇ ਲੋਕ ਇਸ ਵਾਰ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਦਾ ਬੋਲਣਾ ਮਾ ਕੇ ਹੋ ਨਹੀਂ ਰਿਹਾ ਤਾਂ ਹੁਣ ਲੋਕਾਂ ਨੇ ਕੀ ਉਹ ਵੋਟ ਜਿਹੜੀ ਕੀ ਹੈ ਕਨਵਰਟ ਵਾਪਸ ਕੀ ਹੈ ਅਕਾਲੀ ਪਰ ਹੋਇਆ ਕਿ ਐਤਕੀ ਕਾਲੀ ਦਲ ਕਿਤੇ ਨਾ ਕਿਤੇ ਕਹਿੰਦੇ ਵੀ ਇਹਨਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਪੈਸਾ ਵੰਡਣਾ ਹੀ ਨਹੀਂ ਹਾਲਾਂਕਿ ਸਮਾਨ ਥੋੜਾ ਬਹੁਤਾ ਬਹੁਤ ਏਰੀਆ ਚ ਦਿੱਤਾ ਇਹਨਾਂ ਨੇ ਪਰ ਨਗਦ ਰੁਪਈਆ ਨਹੀਂ ਮਿਲਿਆ ਲੋਕ ਬਾਈ ਜੀ ਨਗਦ ਯਾਦ ਰੱਖਦੇ ਆ ਐਤਕੀ ਨਗਦ ਰਪੈ ਜਿਹੜਾ ਵੀ ਵੰਡ ਗਿਆ ਉਹਨੂੰ ਬੋਰਡ ਕੁਛ ਪਈ ਆ ਕਾਂਗਰਸ ਵੱਲੋਂ ਵੀ ਕੁਝ ਥਾਂਵਾਂ ਤੇ ਲੋਕਾਂ ਨੇ ਮਾ ਕੇ ਪੈਸਾ ਵੰਡਦਾ ਦਿਸਿਆ ਕੈਸ਼ ਪੈਸਾ ਦਿੱਤਾ ਗਿਆ ਪਰ ਕਾਲੀ ਦਲ ਐਤਕੀ ਜੰਮੀ ਜਵਾਬ ਦੇ ਗਿਆ ਜਿਹੜਾ ਗਰੀਬ ਤਬਕਾ ਸੀ ਉਹ ਕਿਤੇ ਨਾ ਕਿਤੇ ਬਾਈ ਸ਼ਾਮ 4 ਵਜੇ ਤੱਕ ਇਹਨਾਂ ਦੇ ਜਿਹੜੇ ਅਸਲ ਚ ਪ੍ਰਚਾਰ ਕਰਦੇ ਨੇ ਥੱਲੇ ਪਿੰ ਉਹਨਾਂ ਨੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕੀ ਜਾਂਦਾ ਪਹਿਲਾਂ ਹੀ ਕਹਿੰਦੇ ਨੇ ਵੀ ਪੈਸਾ ਦੰਦੇ ਨਹੀਂ ਇਹ ਲੋਕਾਂ ਨੂੰ ਲਾਰਾ ਲਾਈ ਰੱਖਿਆ ਥਣ ਤੱਕ ਅਖੀਰ ਚ ਜਾ ਕੇ ਕਹਿੰਦੇ 500 ਰੁਪਏ ਦਿਆਂਗੇ ਜੀ ਅਖੀਰ ਦੇ ਵਿੱਚ 4:30 5 ਵਜੇ ਤੱਕ ਜਦੋਂ ਲੋਕਾਂ ਨੇ ਰੇਟ ਕੀਤੀ ਜਦੋਂ ਨਾ ਕਿਸੇ ਪਾਸੇ ਵਾਲਿਆਂ ਤਾਂ ਉਹ ਜਿਹੜਾ ਗੁੱਸਾ ਸੀ ਉਹ ਗੁੱਸਾ ਵੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਉਲਟ ਭੁਗਤ ਗਿਆ ਇਸ ਕਰਕੇ ਜਿਹੜਾ ਲੱਗ ਰਿਹਾ ਹਾਲਾਤ ਨੇ ਅੱਛਾ ਉਹਦੇ ਵਿੱਚੋਂ ਜਿਹੜੀ ਗਰੀਬ ਵਰਡ ਸੀ ਕਿ ਬਾਦਲਾ ਕਿ ਨਹੀਂ ਝਕਾ ਖਾਂਦੀ ਸੀ ਉਹੋ ਵੋਟ ਕਿਤੇ ਨਾ ਕਿਤੇ ਕੁਝ ਵੋਟ ਮੁੱਲ ਕਾਂਗਰਸ ਦੇ ਕੰਟੈਂਡਰ ਬੋਲ ਮਾ ਕੇ ਕਿਹੜਾ ਕੈਂਡੀਡੇਟ ਉਹਦੇ ਵੱਲੋਂ ਖਰੀਦੀ ਵੀ ਕੁਝ ਥਾਵਾਂ ਤੇ ਕਹਿੰਦੇ ਗਈ ਆ ਉਹ ਵੋਟ ਕੀ ਉਹਨੂੰ ਪੈਣੀ ਵੀ ਲਾਜ਼ਮੀ ਹੈ ਕਿ ਮੁੱਲ ਵਾਲੀ ਵੋਟ ਪੈਣੀ ਹੈ ਕਿਉਂਕਿ ਲੋਕਾਂ ਦਾ ਦਿਲੋਂ ਕਿਸੇ ਨਾਲ ਤੇ ਕੀ ਸਾਂਝ ਨਹੀਂ ਹੈ ਇਸ ਕਰਕੇ ਸਾਰੇ ਫੈਕਟਰ ਜਿਹੜੇ ਹੈਗੇ ਆ ਇਹ ਅਕਾਲੀ ਦਲ ਦੇ ਵਿਰੋਧ ਚ ਜਾਂਦੇ ਆ ਤੇ ਇਸ ਕਰਕੇ ਜਿਹੜੀ ਮਾ ਕੇ ਗੇਮ ਫਾਈਟ ਮੰਨੀ ਜਾ ਰਹੀ ਆ ਫਾਈਟ ਦੇਖੋ ਬੜੀ ਮਾ ਕੇ ਜਿਵੇਂ ক্লোਜ਼ ਫਾਈਟ ਵੀ ਨਹੀਂ ਮੈਨੂੰ ਤਾਂ ਹੁਣ ਲੱਗ ਰਹੀ ਫਾਈਟ ਇਹਨਾਂ ਦੇ ਵਿਚਕਾਰ ਹੈਗੀ ਆ ਤੇ ਹੁਣ ਮੇਰੇ ਮੈਨੂੰ ਇਹ ਲੱਗਦਾ ਕਿ ਸ਼ਾਇਦ ਅਕਾਲੀ ਦਲ ਦੀ ਤੇ ਕਾਂਗਰਸ ਦੀ ਮਾਕੇ ਦੂਜੇ ਤੇ ਤੀਜੀ ਪੋਜੀਸ਼ਨ ਵਾਸਤੇ ਫਾਈਟ ਹੈਗੀ ਆ ਲਗਭਗ ਖੁੱਡੀਆਂ ਜਿਹੜੇ ਹੈ ਮਾਕੇ ਹੈਗਾ ਉਹਨਾਂ ਨੂੰ ਕਾਫੀ ਇਹਨਾਂ ਚੀਜ਼ਾਂ ਦਾ ਫਾਇਦਾ ਹੋਣ ਲੱਗਿਆ ਠੀਕ ਹੈ ਨਾ ਜਿਵੇਂ ਬਿਲਿੰਗਾਂ ਦੀ ਲੜਾਈ ਚ ਉਹਨਾਂ ਨੂੰ ਫਾਇਦਾ ਹੋ ਜਾਂਦਾ ਤਾਂ ਉਹ ਚੀਜ਼ਾਂ ਵੇਦ ਕੀ ਫਾਇਦਾ ਉਹਨਾਂ ਨੂੰ ਵੱਧ ਹੋਣਾ ਦੂਜਾ ਕਰਦਾਰ ਦੀ ਉਹਨਾਂ ਤੋਂ ਜਿਹੜੀ ਵੇਟੇਜ ਹੈਗੀ ਆ ਉਹ ਵੀ ਲੋਕਾਂ ਨੇ ਦੇਣੀ ਆ ਪਿੰਡਾਂ ਦੇ ਵਿੱਚ ਮਾਨ ਸਹਿਰਗੇ ਜਿੱਥੇ ਲੋਕ ਪੁਰਾਣੇ ਨਾ ਬਜ਼ੁਰਗ ਬੈਠੇ ਆ ਉਹ ਲੋਕ ਜਾਣਦੇ ਵੀ ਹੈਗੇ ਆ ਸ਼ਰਾਫਤ ਨੂੰ ਵੀ ਲੋਕ ਵੋਟ ਪਾਉਂਦੇ ਆ ਜੋ ਸਾਰਾ ਜਿਹੜਾ ਹੈਗਾ ਉਹ ਫੈਕਟਰ ਉਹਨਾਂ ਨੂੰ ਬੈਨੀਫਿਟ ਦੇਊਗਾ ਤੇ ਕੁੱਲ ਮਿਲਾ ਕੇ ਲੱ ਉਸ ਤੋਂ ਅੱਗੇ ਜੇ ਗੱਲ ਕਰਨੀ ਹੋਵੇ ਸੰਗਰੂਰ ਸੀਟ ਦੀ ਸੰਗਰੂਰ ਸੀਟ ਵੀ ਜਿਹੜੀ ਆ ਉਹ ਭਗਵੰਤ ਮਾਨ ਦੀ ਰਾਜਧਾਨੀ ਨਿਕਈ ਜਾਂਦੀ ਹੈ ਤੇ ਨਾਲ ਹੀ ਉਹ ਬੜੀ ਚਰਚਿਤ ਸੀਟ ਵੀ ਰਹੀ ਹੈ ਉੱਥੇ ਸੁਖਪਾਲ ਸਿੰਘ ਖਹਿਰਾ ਸਿਮਰਨਜੀਤ ਸਿੰਘ ਮਾਨ ਮੀਥੇਰ ਦਾ ਹੋਣਾ ਉਹ ਸੀਟ ਨੂੰ ਕਿਵੇਂ ਦੇਖਦੇ ਸੰਗਰੂਰ ਸੀਟ ਦੇ ਵਿੱਚ ਬਈ ਦੇਖੋ ਫਾਈਟ ਪਹਿਲਾਂ ਲੱਗਦੀ ਸੀ ਕਿ ਤਕੋਨਾ ਮੁਕਾਬਲਾ ਹੋਊਗਾ ਤਕੋਨਾ ਮੁਕਾਬਲਾ ਜਿੰਨੇ ਲੱਗ ਰਿਹਾ ਸੀ ਆਪਣਾ ਵੀ ਸਿਮਰਨਜੀਤ ਮਾਨ ਦਾ ਤੇ ਨਾਲ ਆਪਾਂ ਦੇਖੀਏ ਮੁਕਾਬਲੇ ਦੇ ਵਿੱਚ ਆਪਣਾ ਖੈਰਾ ਦਿਖਾਈ ਦਿੰਦਾ ਸੀ ਤੇ ਤੀਜਾ ਮੀਤ ਇਹ ਸਰਕਾਰ ਦਾ ਕੰਮ ਆ ਕੇ ਕੈਂਡੀਡੇਟ ਵੀ ਹੈਗਾ ਇੱਕ ਸ਼ਰੀਫ ਉਹ ਵੀ ਮੰਨਿਆ ਜਾਂਦਾ ਬਰਨਾਲੇ ਵਾਲੀ ਸਾਈਡ ਜੇ ਆਪਾਂ ਲਾ ਕੇ ਚੱਲੀ ਇਧਰ ਦੀ ਸਾਈਡ ਦੇ ਵਿੱਚ ਉਹਦਾ ਜ਼ੋਰ ਵੀ ਕਾਫੀ ਹੈਗਾ ਤਾਂ ਉੱਥੇ ਮੁਕਾਬਲਾ ਸੀਗਾ ਕਾਫੀ ਨੇੜਲਾ ਮੁਕਾਬਲਾ ਸੀ ਪਰ ਕਿਤੇ ਨਾ ਕਿਤੇ ਉੱਥੇ ਉਹੀ ਗੱਲ ਵੀ ਜਿਹੜਾ ਇੱਕ ਦੂਜੇ ਦੇ ਜੋੜਾਂ 'ਚ ਬੈਠਣ ਵਾਲੀ ਗੱਲ ਆ ਖੈਰੇ ਨੂੰ ਨੁਕਸਾਨ ਹੋਇਆ ਭਈ ਜੀ ਆਪਦੀ ਸੈਂਟਰ ਲੀਡਿੰਗ ਟੀਮ ਆ ਉਹ ਲਗਭਗ ਇਹਨੂੰ ਕੀ ਆਏ ਤੋਂ ਕਿਨਾਰਾ ਕਰ ਗਈ ਕੋਸ਼ੇ ਦੇ ਬਿਆਨਬਾਜ਼ੀ ਕਰਕੇ ਲਾ ਲੋ ਜੇ ਮੈਂ ਅੱਪੀ ਗੱਲ ਕਰਦੇ ਆ ਕਿਉਂਕਿ ਐਥਿਕੀ ਅਡੋਲੋਜੀ ਦੀ ਗੱਲ ਹੀ ਨਹੀਂ ਕੀਤੀ ਗਈ ਸਭ ਤੋਂ ਵੱਡਾ ਕਾਂਗਰਸ ਨੂੰ ਬਈ ਨੁਕਸਾਨ ਮਨਿੰਦਰ ਕੀ ਹੋਇਆ ਨਾ ਕਾਂਗਰਸ ਆਪ ਦਾ ਜਿਹੜਾ ਸੈਂਟਰਲ ਏਜੰਡਾ ਸੀ ਜਿਹੜੇ ਦੇ ਉੱਤੇ ਰਾਹੁਲ ਗਾਂਧੀ ਕੰਮ ਕਰ ਰਿਹਾ ਜੀ ਪੂਰੇ ਇੰਡੀਆ ਦੇ ਵਿੱਚੋਂ ਵੋਟਾਂ ਪਰਸੈਂਟੇਜ ਵਧੂਗਾ ਵੀ ਕਾਂਗਰਸ ਦਾ ਉਸ ਏਜੰਡੇ ਦੀ ਪੰਜਾਬ 'ਚ ਗੱਲ ਹੀ ਨਹੀਂ ਹੋਈ 1100 ਰੁਪਏ ਦਾ ਐਲਾਨ ਕੀਆ ਮੌਕੇ ਦੇ ਆਗੇ ਭਗਵੰਤ ਮਾਨ ਕੀਆ ਵੋਟਾਂ ਖਿੱਚਣ ਦੇ ਲਈ 1100 ਰੁਪਏ ਦਾ ਐਲਾਨ ਕਰ ਦਿੰਦਾ ਪਰ ਮੈਂ ਕਹਿੰਦਾ ਇਹਨਾਂ ਕੋਲ ਤਾਂ ਉਦੋਂ ਵੀ ਵੱਡਾ ਇੱਕ ਚੀਜ਼ ਸੀ ਜਿਹਦਾ ਪ੍ਰਚਾਰ ਹੀ ਨਹੀਂ ਹੋਇਆ ਪੰਜਾਬ 'ਚ ਜੇ ਸਹੀ ਪ੍ਰਚਾਰ ਕਰ ਜਾਂਦੇ 13 ਚੋਂ ਇੱਕ ਵੀ ਸੀਟ ਮੇਰੇ ਖਿਆਲ 'ਚ ਕਾਂਗਰਸ ਹਾਰ ਹੀ ਨਹੀਂ ਸਕਦੀ ਸੀ ਉਹ ਸੀਗਾ ਭਾਈ ਜਿਹੜਾ 8200 ਰੁਪਿਆ ਇਹਨਾਂ ਨੇ ਦੇਣ ਨੂੰ ਕਿਹਾ ਸੀ ਵੀ ਹਰ ਔਰਤ ਨੂੰ ਘਰ ਦੇ ਵਿੱਚ ਗ੍ਰਹਿਣੀ ਨੂੰ 1 ਲੱਖ ਰੁਪਿਆ ਇੱਕ ਸਾਲ ਦਾ ਦਿੱਤਾ ਜਾਣਾ ਲਗਭਗ 8200 ਰੁਪਿਆ ਬਣਦਾ ਇੱਕ ਮਹੀਨੇ ਦਾ ਠੀਕ ਹੈ ਨਾ ਵੋਟ ਮੁੱਲ ਲੈਣੀ ਸੀ ਮੈਂ ਕਹਿੰਦਾ ਕੀ ਆਪਾਂ ਜਿਵੇਂ ਕਹਿ ਦਿੰਨੇ ਆ ਤੇ ਇੱਕ ਵੀ ਵੋਟ ਪਾਸੇ ਨਾ ਜਾਂਦੀ ਤੇ ਪੰਜਾਬ ਦੇ ਗਰੀਬ ਤੌਕੇ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਂਦੀ ਸਭ ਤੋਂ ਵੱਧ ਵੋਟ ਬੈਂਕ ਤਾਂ ਉਹ ਆ ਇਸ ਮੁੱਦੇ ਦੇ ਉੱਤੇ ਫੋਕਸ ਕਰਨ ਦੀ ਥਾਂ ਤੇ ਉਹਨਾਂ ਨੇ ਉਰਲੀਆਂ ਪਰ ਲੀਆਂ ਗੱਲਾਂ ਕਰੀ ਗਏ ਆ ਤੇ ਖੈਰਾ ਵੀ ਲਗਭਗ ਮੁੱਦੇ ਤੋਂ ਪਾਸੇ ਦੀ ਉਹਦੀ ਕੈਂਪੇਨ ਸੀ ਨਾ ਜਿਹੜਾ ਖਿੰਡੀ ਵੀ ਕੈਂਪੇਨ ਸੀ ਵੱਜਮੀ ਕੈਂਪੇਨ ਨਹੀਂ ਸੀ ਬਗਾਨਾ ਹਲਕਾ ਸੀ ਉਹ ਕੋਈ ਜਾਣਦਾ ਵੀ ਨਹੀਂ ਸੀ ਜਾਣ ਪਛਾਣ ਨਹੀਂ ਸੀ ਨਿੱਕੇ ਨਿੱਕੇ ਗੱਲਾਂ ਦੇ ਮਜ਼ਾਕ ਵੀ ਬਣਾ ਜਿਵੇਂ ਪਿੰਡਾਂ ਦੇ ਨਾਂ ਪੁੱਛ ਲੈ ਤਾਂ ਲੋਕਾਂ 'ਚ ਉਹ ਚੀਜ਼ਾਂ ਘਰ ਘਰ ਜਾਂਦੀਆਂ ਨੇ ਵੀ ਇਹ ਸਾਡਾ ਦੂਰੋਂ ਆ ਕੇ ਬਾਹਰੋਂ ਆ ਕੇ ਕੀ ਸਵਾਰ ਸਕਦਾ ਨੋਟ ਆਊਟ ਕਿ ਇੱਕ ਸੁਪਾਲ ਖੈਰਾ ਇੱਕ ਦਮਦਾਰ ਆਗੂ ਆ ਮੁੱਦਿਆਂ ਨੂੰ ਉਭਾਰਨਾ ਜਾਣਦਾ ਪਰ ਕਿਤੇ ਨਾ ਕਿਤੇ ਉਹੋ ਜਿਹੇ ਸੈਂਟਰਲ ਮੁੱਦੇ ਸੀ ਉਹਨਾਂ ਤੇ ਫੋਕਸ ਵੀ ਕਰ ਲੈਂਦਾ ਨਾ ਤਾਂ ਮ ਇੱਕ ਕੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਇੱਕ ਬਿਆਨ ਨੂੰ ਜਿਵੇਂ ਉਹ ਕੀ ਆ ਉਹਨੂੰ ਮੈਨੀਪੂਲੇਟ ਕਰਕੇ ਤੋੜ ਮਰੋੜ ਕੇ ਉਹਦੇ ਅਗੇਂਸਟ ਵਰਤਿਆ ਗਿਆ ਉਹਦੇ ਕਰਕੇ ਲਗਭਗ ਜਿੰਨੀ ਸਟੇਟ ਦੀ ਬਾਡੀ ਸੀ ਉਹ ਵੀ ਉਹ ਤੋਂ ਕਿਨਾਰਾ ਕਰ ਗਈ ਤਾਂ ਸਟੇਟ ਤੇ ਸੈਂਟਰ ਤੋਂ ਕੀ ਆ ਉਹਨੂੰ ਤਲਾੰਜਲੀਮਾ ਕੇ ਲਗਭਗ ਕਿਨਾਰਾ ਹੋਣ ਕਰਨ ਕਰਕੇ ਲੋਕਾਂ ਦੇ ਵਿੱਚ ਨਾ ਮਾ ਕੇ ਉਤਸ਼ਾਹ ਖਤਮ ਹੋ ਗਿਆ ਕਾਂਗਰਸੀ ਵਰਕਰ ਦੇ ਵਿੱਚ ਠੀਕ ਹੈ ਉਸ ਕਰਕੇ ਇਹਨਾਂ ਨੂੰ ਲਾਸ ਹੋਇਆ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਆਪਣਾ ਸਿਮਰਨਜੀਤ ਮਾਨ ਦੀ ਆਪਣੀ ਬਿਆਨਬਾਜ਼ੀ ਵੀ ਉਹਨੂੰ ਕਿਤੇ ਨਾ ਕਿਤੇ ਨੁਕਸਾਨ ਦੇਊਗੀ ਇਸ ਇਲੈਕਸ਼ਨ ਦੇ ਵਿੱਚ ਜਿਵੇਂ ਸਿੱਧੂ ਮੂਸੇਵਾਲੇ ਤੇ ਦੀਪ ਸਿੱਧੂ ਦੇ ਇੱਕ ਪਾਸੇ ਦਾ ਪੋਸਟਰਾਂ ਦੇ ਫੋਟੋ ਲਾਈ ਜਾਂਦੇ ਆ ਦੂਜੇ ਪਾਸੇ ਇੱਕ ਪਾਸੇ ਉਹੀ ਮਾ ਕੇ ਸਿਮਰਨਜੀਤ ਮਾਨ ਕਹਿ ਰਿਹਾ ਕਿ ਇਹਨਾਂ ਦਾ ਮੇਰੀ ਜਿੱਤ 'ਚ ਪਿਛਲੀ 'ਚ ਕੋਈ ਰੋਲ ਹੀ ਹੈ ਨਹੀਂ ਤਾਂ ਮੈਂ ਕਹਣਾ ਵੀ ਆਸਾਨ ਮਾ ਕੇ ਆਸਾਨ ਫਰਾਮੋਸ਼ ਹੋਣਾ ਕਰਤਕਣ ਹੋਣਾ ਬੜੀ ਮਾੜੀ ਗੱਲ ਆ ਇਹਦਾ ਸਬੂਤ ਮੈਂ ਕਹਣਾ ਸਿਮਰਨਜੀਤ ਮਾਨ ਨੇ ਬਹੁਤ ਵਾਰੀ ਦਿੱਤਾ ਤੇ ਪੰਥਕ ਬੋਰਡ ਦਾ ਜਿਹੜੀ ਹਵਾ ਮੈਂ ਕਹਣਾ ਖੜੂ ਇੱਕ ਜਮਾ ਮੈਂ ਕਹਿੰਦਾ ਵੀ ਮੌਕੇ ਤੇ ਜਾ ਕੇ ਜਿਹੜੀ ਮੈਂ ਕਿ ਮਲੇਰਕੋਟਲੇ ਦੀ ਵੋਟ ਆ ਗਈ ਜਾਂ ਹੋਰ ਵੋਟ ਹੋ ਗਈ ਇਹ ਵੋਟ ਵੀ ਜਿਹੜੀ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਇਹ ਸਿਮਰਜੀਤ ਮਾਨ ਵਾਲੇ ਝਕਾ ਖੰਦੀ ਸੀ ਇਹ ਵੋਟ ਵੀ ਇਸ ਵਾਰ ਕਾਂਗਰਸ ਨੂੰ ਵੱਧ ਪਈ ਆ ਜੋ ਕਿ ਉੱਥੇ ਕਾਂਗਰਸ ਸੈਂਟਰ ਦੇ ਵਿੱਚ ਸਿਸਟਮ ਜਿਵੇਂ ਬਣਿਆ ਹੋਇਆ ਮੁਸਲਮਾਨਾਂ ਨੂੰ ਜਿਵੇਂ ਟਾਰਗੇਟ ਕੀਤਾ ਗਿਆ ਮੋਦੀ ਵੱਲੋਂ ਤਾਂ ਉਹ ਵੋਟ ਜਿਹੜੀ ਹੈਗੀ ਕਿਤੇ ਨਾ ਕਿਤੇ ਖਹਿਰੇ ਵੱਲ ਝੁਕੀ ਹੈਗੀ ਆ ਉੱਥੋਂ ਵੀ ਇਹਦਾ ਲਾਸ ਹੋਇਆ ਵੋਟ ਬੈਂਕ ਦਾ ਡਿੜਬੇ ਤੋਂ ਵਾਲੀ ਸਾਈਡ ਤੋਂ ਹੀ ਮਜ਼ਬੂਤ ਹੈਗੇ ਆ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਨਾ ਉੱਥੇ ਇੱਕ ਪਾਸੇ ਦੀ ਦੂਜੇ ਪਾਸੇ ਜੇ ਮੀਤਿਹਰ ਦੀ ਗੱਲ ਕਰੀਏ ਤਾਂ ਉਹਨੂੰ ਬੈਨੇਫਿਟ ਕਿਹੜੀ ਚੀਜ਼ ਦਾ ਹੋ ਰਿਹਾ ਉਹਨੂੰ ਬੈਨੇਫਿਟ ਹੋ ਰਿਹਾ ਬਈ ਜੀ ਪਹਿਲੀ ਕਿਲਾ ਵੋਟ ਖਿੰਡ ਬਹੁਤਾਂ ਗਈ ਪਿਛਲੀ ਵਾਰ ਕੀ ਆ ਸਾਰਾ 5-7000 ਵੋਟ ਦੇ ਮਾਰ ਜਾਂਦੇ ਤੇ ਸਿਮਰਜੀਤ ਇਸ ਵਾਰ ਕੈਂਡੀਡੇਟ ਸਟਰੋਂਗ ਦਿੱਤਾ ਗਿਆ ਜਿਹਦਾ ਬਰਨਾਲੇ ਵਾਲੇ ਪਾਸੇ ਕੀ ਇਧਰ ਲਈ ਸੀਟਾਂ ਦੇ ਪ੍ਰਭਾਵ ਹੈਗਾ ਦੂਸਰਾ ਮੈਂ ਕਿ ਉਹਦਾ ਜਿਹੜਾ ਹੈਗਾ ਭਗਵੰਤ ਮਾਨ ਨੇ ਆਪਦਾ ਸਾਰਾ ਜ਼ੋਰ ਲਾਦਾ ਕਿਉਂਕਿ ਭਗਵੰਤ ਮਾਨ ਜਿਹੜਾ ਪਵੇਖਾ ਉਹ ਇਸ ਸੀਟ ਤੇ ਟਿਕਿਆ ਹੋਇਆ ਆਪਦਾ ਮੈਂ ਕਿ ਹਲਕਾ ਹੈਗਾ ਪਰ ਸੰਗਰੂਰ ਦੇ ਲੋਕਣਾ ਬਈ ਸਿਆਣੇ ਬਹੁਤ ਨੇ ਸੰਗਰੂਰ ਦੇ ਲੋਕਾਂ ਨੇ ਪਿਛਲੀ ਵਾਰ ਵੀ ਆਪਾਂ ਦੇਖਿਆ ਪਿਛਲੀ ਵਾਰ ਕੀ ਆ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਹੀ ਸੀਗੀ ਆਮ ਆਦਮੀ ਪਾਰਟੀ ਨੂੰ ਕਿ ਮੂੰਹ ਦੇ ਮੂੰਹ ਸੜਦਾ ਹਾਲਾਂਕਿ ਤੁਰਤ ਸਰਕਾਰ ਬਣੀ ਸੀ ਲਗਾਤਾਰ ਦੋ ਵਾਰ ਉਥੋਂ ਬੰਦਾ ਜਿੱਤਦਾ ਜਿਹੜਾ ਸੀਐਮ ਬਣਦਾ ਭਗਵੰਤ ਮਾਨ ਦੀ ਆਪਾਂ ਗੱਲ ਕਰੀਏ ਤਾਂ ਉਹਨੂੰ ਮੁੱਦੇ ਮੂਹ ਸਿੱਟਿਆ ਉਹਨਾਂ ਨੇ ਤਾਂ ਉਹ ਲੋਕ ਬੜੇ ਇੰਟੈਲੀਜੈਂਟ ਲੋਕ ਨੇ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ ਇਸ ਕਰਕੇ ਉਹਨਾਂ ਲੋਕਾਂ ਨੇ ਵਾਕੇ ਦੇਖਣਾ ਕਿ ਸਾਨੂੰ ਕਿਹੜਾ ਬੰਦਾ ਕੰਮ ਦੇ ਸਕਦਾ ਤਾਂ ਉਸ ਸਾਹ ਨਾਲ ਮੀਤ ਹੇਰ ਕੀ ਹੈ ਜੇ 2-3 ਸਾਲ 2.5 ਸਾਲ ਸਰਕਾਰ ਦੇ ਪਏ ਆ ਤਾਂ ਉਹ ਲੋਕਾਂ ਦੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਲਾਇਆ ਜਾਵੇ ਤੇ ਪ੍ਰਭਾਵ ਦੇ ਹਿਸਾਬ ਨਾਲ ਲਾਇਆ ਜਾਵੇ ਤਾਂ ਉਹ ਸੀਟ ਲਗਭਗ ਕਲੀਅਰ ਲੱਗਦੀ ਹੈ ਕਿ ਮੀਤ ਹੇਰ ਨੇ ਜਿੱਤ ਜਾਣੀ ਹੈ ਹਾਂਜੀ ਉਸ ਤੋਂ ਅੱਗੇ ਜੇ ਆਪਾਂ ਗੱਲ ਨਾਲ ਹੀ ਕਰੀਏ ਲੁਧਿਆਣਾ ਲੁਧਿਆਣੇ ਕੀ ਮਾਹੌਲ ਲੱਗਦਾ ਲੁਧਿਆਣੇ ਬਈ ਜਿਹੜਾ ਸਿਸਟਮ ਹੈਗਾ ਦੇਖੋ ਲੁਧਿਆਣੇ ਦੀ ਜਿਹੜੀ ਵੋਟ ਬੈਂਕ ਹੈ ਨਾ ਉਹ ਲਗਭਗ ਅੱਜ ਤੋਂ ਨਹੀਂ ਮੁੱਢ ਤੋਂ ਲੈ ਕੇ ਦੇਖੀਏ ਵੀ ਲੋਕ ਉਥੇ ਕਾਂਗਰਸ ਨੂੰ ਮਾ ਕੇ ਕਾਂਗਰਸੀ ਪਰਿਵਾਰ ਜ਼ਿਆਦਾ ਨੇ ਜਿਹੜੇ ਵੱਡੀਆਂ ਫੈਮਲੀਜ਼ ਨੇ ਡਾਬਰ ਪਰਿਵਾਰ ਵਰਗੇ ਹੋ ਗਏ ਉਥੇ ਠੀਕ ਹੈ ਨਾ ਸੈਣੀ ਹੋ ਗਏ ਜਾਂ ਹੋਰ ਜਿਹੜੇ ਪਰਿਵਾਰ ਹੈਗੇ ਉਹ ਸਾਰੇ ਲਗਭਗ ਇਹਦੇ ਨਾਲ ਜੁੜੇ ਹੋਏ ਆ ਤੇ ਸਭ ਤੋਂ ਵੱਡਾ ਕਾਰਨ ਉਥੇ ਕੀ ਹੈ ਲੋਕਾਂ ਦੇ ਵਿੱਚ ਨਾ ਉਥੇ ਜਿਵੇਂ ਟੈਕਸਟਾਈਲ ਇੰਡਸਟਰੀ ਹੈ ਬਈ ਠੀਕ ਹੈ ਨਾ ਜਿਹੜੀਆਂ ਹੋਰ ਇੰਡਸਟਰੀਜ਼ ਹੈਗੀਆਂ ਨੇ ਉਹ ਸਾਰੀਆਂ ਲਗਭਗ ਮੋਦੀ ਤੋਂ ਬਹੁਤ ਖਫਾ ਨੇ ਕਿਉਂਕਿ ਉੱਥੇ ਜਿਹੜਾ ਸਿਸਟਮ ਪਿਛਲੇ ਟਾਈਮ 'ਚ ਦੇਖਿਆ ਕਿ ਸ਼ਹਿਰ ਦੇ ਵਪਾਰੀ ਬੜੀ ਬਾਰ ਜਾ ਕੇ ਦਿੱਲੀ ਮਿਲਦੇ ਵੀ ਰਹੇ ਆ ਉਹ ਜਾ ਕੇ ਉੱਥੇ ਮੁੱਦੇ ਠਾਉਂਦੇ ਰਹੇ ਚਾਈਨਾ ਦੇ ਵਿੱਚੋਂ ਜਿਹੜਾ ਥ੍ਰੈਡ ਲਿਆਂਦਾ ਜਾ ਰਿਹਾ ਬੜਾ ਸਸਤੇ ਰੇਟਾਂ ਦੇ ਉੱਤੇ ਬਿਨਾਂ ਟੈਕਸ ਤੋਂ ਆ ਰਿਹਾ ਕਮਿਊਨ ਇੰਡਸਟਰੀ ਨੂੰ ਤਬਾਹ ਕਰ ਰਹੇ ਆ ਇਹ ਗੁਜਰਾਤ ਦੀ ਮੱਕ ਇੰਡਸਟਰੀ ਆਪਦੀ ਵੱਡੀ ਕਰਨ ਦੇ ਮਾਰੇ ਤਾਂ ਉਹਦੇ ਕਰਕੇ ਲੁਧਿਆਣੇ 'ਚ ਕੀ ਆ ਬੜਾ ਰੋਸ ਆ ਭਾਜਪਾ ਨਾਲ ਉੱਥੇ ਭਾਜਪਾ ਦਾ ਪੱਕਾ ਕੋਈ ਵੋਟ ਬੈਂਕ ਨਹੀਂ ਭਾਜਪਾ ਤੇ ਕਾਲੀਦਰ ਰਲ ਕੇ ਉੱਥੇ ਤੀਜੀ ਪੋਜੀਸ਼ਨ ਤੇ ਆਉਂਦੇ ਆ 2019 'ਚ ਤੇ ਉੱ ਤਾਂ ਉਹ ਐ ਕਿ ਜਿਹੜਾ ਮਾਕੇ ਵੋਟ ਬੈਂਕ ਸੀ 3 ਲੱਖ ਤਾਂ ਨਹੀਂ ਹੈਗਾ ਪਰ ਉੱਥੇ ਕੁਝ ਨਾ ਕੁਝ ਜਿਹੜਾ ਹੈਗਾ ਉਹ ਜਿਹੜਾ ਵੋਟ ਬੈਂਕ ਹੈਗਾ ਉਹਦਾ ਮਾਕੇ ਬੜਾ ਵੱਡਾ ਤੜਕਾ ਲੱਗਿਆ ਜਿਵੇਂ ਆਪਾਂ ਤੜਕਾ ਕਹਿੰਦੇ ਨਾ ਤੜਕਾ ਲਾ ਕੇ ਦਾਲ ਫਰਾਈ ਕਰ ਲੈਂਦੇ ਸਵਾਦ ਬਣ ਜਾਂਦੀ ਆ ਉਹਦਾ ਰਾਜੇ ਵੋਟ ਬੈਂਕ ਨੂੰ ਬੜਾ ਫਾਇਦਾ ਹੋਇਆ ਬੈਂਸਾਂ ਦੇ ਆਉਣ ਦਾ ਵੱਡੇ ਪਰਿਵਾਰ ਸਾਰੇ ਉਹਨਾਂ ਨਾਲ ਆ ਬਿੱਟੂ ਦਾ ਪਾਸੇ ਹੋਣਾ ਕੀ ਆ ਕਿਤੇ ਨਾ ਕਿਤੇ ਉਹਨੂੰ ਫਾਇਦਾ ਦੇ ਰਿਹਾ ਕਿਉਂਕਿ ਬਿੱਟੂ ਨਾਲ ਲੋਕਾਂ ਦੀ ਨਫ਼ਰਤ ਸੀਗੀ ਬਿੱਟੂ ਨੇ ਲੋਕਾਂ ਦਾ ਸਵਾਰਿਆ ਕੁਝ ਨਹੀਂ ਠੀਕ ਹੈ ਨਾ ਉਹ ਸਿਰਫ ਇਕੱਲੀ ਬਿਆਨਬਾਜ਼ੀ ਤੋਂ ਬਿਨਾਂ ਕੁਝ ਕੀਤਾ ਨਹੀਂ ਕਿਸਾਨ ਬੋਟ ਉਹਨੇ ਰਸਾਲੀਆ ਕਿਸਾਨਾਂ ਬਾਰੇ ਬਿਆਨ ਵੀ ਗਲਤ ਦਿੰਦਾ ਰਿਹਾ ਤਾਂ ਉਹਦੇ ਕਰਕੇ ਲੋਕ ਬਿੱਟੂ ਦੇ ਅਗੇਂਸਟ ਵੀ ਵੋਟ ਕਰਨਗੇ ਤਾਂ ਉਹ ਵੋਟ ਤਾਂ ਇਹਨੂੰ ਫਾਇਦਾ ਹੋਣਾ ਤੇ ਪੱਪੀ ਪ੍ਰਾਸ਼ਰ ਮੈਂ ਕਹਿੰਦਾ ਵੀ ਉੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਕੰਟੈਂਡਰ ਉਹ ਬਹੁਤ ਚੰਗਾ ਕੰਟੈਂਡਰ ਹੈ ਨਹੀਂ ਉਹ ਇੱਕ ਸੌਬਾ ਕੇ ਮੰਨਿਆ ਜਾਂਦਾ ਬੰਦਾ ਕਿ ਸ਼ਰੀਫ ਜਿਹਾ ਪਰਿਵਾਰ ਆ ਲੋਕ ਇਹਦੇ ਨਾਲ ਕਿਤੇ ਨਾ ਬਈ ਮੈਂ ਕਹਿੰਦਾ ਵੀ ਇਹਨਾਂ ਇਲੈਕਸ਼ਨ ਦੇ ਵਿੱਚ ਲਾ ਲਓ ਜੇ ਆਪਣੇ ਆਗੂ ਨਾਲ ਥੋੜਾ ਜਿਹਾ ਤੱਤਾਪਾਲਦੇ ਆ ਵੀ ਜਿਹੜਾ ਅਗਰੈਸਿਵ ਹੋਵੇ ਅਗਰੈਸਿਵ ਹੋ ਕੇ ਅਟੈਕ ਕਰਨਾ ਜਾਣਦਾ ਹੋਵੇ ਉਹ ਰਾਜਾ ਵੜੰਗ ਜਿਹੜਾ ਹੈਗਾ ਰਾਜਾ ਵੜੰ ਉਹ ਬੰਦਾ ਮੈਂ ਕਿਹਾ ਅਜੇ ਤੱਕ ਆਹਦੀ ਰਾਜਨੀਤੀ ਜਿਹੜੀ ਕਾਮਯਾਬ ਹੋਇਆ ਸਟੰਟ ਉਹ ਸਟੰਟਮੈਨ ਅਸਲ ਦੇ ਵਿੱਚ ਠੀਕ ਹੈ ਨਾ ਉਹ ਸਟੰਟ ਕਰਨੇ ਆਉਂਦੇ ਆ ਉਹਦੀ ਵਾਈਫ ਵੀ ਸਟੰਟਮੈਨ ਹੈਗੀ ਆ ਕਈ ਬੰਦੇ ਮੈਨੂੰ ਕਹਿੰਦੇ ਵੀ ਉਹਦਾ ਮੈਂ ਮੈਂ ਕਹਿੰਦਾ ਵੀ ਸਭ ਤੋਂ ਮਾੜਾ ਬੰਦਾ ਜੇ ਕਾਂਗਰਸ 'ਚ ਮੈਨੂੰ ਲੱਗਦਾ ਉਹ ਰਾਜੇ ਵੜਿੰਗਾ ਪਰ ਰਾਜੇ ਵੜਿੰਗ ਦੇ ਵਿੱਚ ਕੀ ਆ ਇੱਕ ਉਹਨੂੰ ਕੰਪੇਨਰ ਬਹੁਤ ਤਕੜਾ ਉਹਨੂੰ ਬੜੀ ਜਲਦੀ ਬਠਿੰਡੇ ਤੋਂ ਵੀ ਪਿਛਲੀ ਵਾਰ ਜਦੋਂ ਟਿਕਟ ਦਿੱਤੀ ਜਾਂਦੀ ਆ ਚਾਰ ਦਿਨਾਂ ਚ ਉਹ ਫਾਈਟ ਚ ਜਾ ਜਾਂਦਾ ਤੇ ਲੁਧਿਆਣੇ ਜਿਸ ਦਿਨ ਟਿਕਟ ਮਿਲਦੀ ਉਹਦੋਂ ਤੀਜੇ ਦਿਨ ਉਹ ਫਾਈਟ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਤੇ ਦੂਜੀ ਗੱਲ ਕੀ ਹੈ ਸ਼ਹਿਰ ਸਾਰਾ ਜ਼ਿਆਦਾਤਰ ਕੋਈ ਸ਼ਹਿਰੀ ਹਲਕਾ ਪੈਂਦਾ ਦੂਜੀ ਗੱਲ ਮੇਨ ਉਥੇ ਕਾਂਗਰਸ ਜਿਹੜੀ ਹੈਗੀ ਉਹ ਸਟਰੋਂਗ ਆ ਠੀਕ ਹੈ ਨਾ ਮੁੱਢ ਤੋਂ ਲੈ ਕੇ ਇਸੇ ਕਰਕੇ ਬਿੱਟੂ ਵੀ ਉਥੇ ਜਿੱਦਦਾ ਰਿਹਾ ਜਦੋਂ 2014 ਤੇ 19 ਦੇ ਵਿੱਚ ਭਾਜਪਾ ਦਾ ਡੰਕਾ ਵਜਦਾ ਸੀ ਪੂਰੇ ਮੁਲਕ 'ਚ ਉਦੋਂ ਵੀ ਉਥੋਂ ਬਿੱਟੂ ਜਿੱਦਦਾ ਇਹਦਾ ਮਤਲਬ ਇਹ ਕਿ ਉੱਥੇ ਕਾਂਗਰਸ ਦਾ ਵੋਟ ਬੈਂਕ ਜਿਹੜਾ ਹੈਗਾ ਬੜਾ ਮਜ਼ਬੂਤ ਆ ਤੇ ਸੈਂਟਰ ਚ ਨੈਰੇਟਿਵ ਜਿਵੇਂ ਪਹਿਲਾਂ ਦਿਸ ਰਿਹਾ ਸੀਗਾ ਠੀਕ ਹੈ ਨਾ ਇੰਡੀਆ ਗਠਬੰਧਨ ਵੀ ਮਜ਼ਬੂਤ ਹੁੰਦਾ ਜਾ ਰਿਹਾ ਸੀ ਤਾਂ ਫਿਰ ਇਹ ਚੀਜ਼ ਦਾ ਸਾਰਾ ਬੈਨੀਫਿਟ ਜਿਹੜਾ ਹੈਗਾ ਉਹ ਰਾਜੇਪਟਿੰਗ ਨੂੰ ਹੋਣਾ ਤੇ ਰਾਜੇਪਟਿੰਗ ਬੜਾ ਸੌਖਾ ਇਹ ਸੀਟ ਮੇਰੇ ਖਿਆਲ ਦੇ ਵਿੱਚ ਜਿੱਤ ਰਿਹਾ ਉਥੋਂ ਪੰਥਕ ਜਿਹੜਾ ਮਾਮਾ ਕੰਟੈਂਡਰ ਖੜਾ ਕੀਤਾ ਗਿਆ ਠੀਕ ਹੈ ਜਿਵੇਂ ਵੇਵ ਉਥੇ ਰਿਸ਼ਪਾਲ ਸਿੰਘ ਛੰਦੜਾ ਦਾ ਬੇਟਾ ਖੜਾ ਹੋਇਆ ਉਹਦੀ ਉਹ ਵੇਵ ਬਣ ਨਹੀਂ ਸਕੀ ਕਿਉਂਕਿ ਇੱਕ ਤਾਂ ਸ਼ਹਿਰੀ ਹਲਕਾ ਆ ਗਿਆ ਜਿੱਦ ਇੱਕ ਪ੍ਰਵਾ ਤੋ ਜਿਹੜੇ ਸਾਰੇ ਮਾਕੇ ਹੈਗੇ ਸਾਰੇ ਫੈਕਟਰ ਜਿਹੜੇ ਹੈਗੇ ਇਹਨਾਂ ਦਾ ਪੰਥਕਜ ਉੱਥੇ ਉਹਨਾਂ ਦਾ ਕੰਮ ਕਰਨਾ ਨਾ ਹੋਰ ਚੀਜ਼ ਨੇ ਕੰਮ ਕਰਨਾ ਅਕਾਲੀ ਦਲ ਦਾ ਬੇਸਿਕ ਕੰਟੈਂਡਰ ਉੱਥੇ ਕੀ ਆ ਮਾੜਾ ਦਿੱਤਾ ਗਿਆ ਯਾਲੀ ਨੂੰ ਤਾਂ ਖੜਾ ਕੀਤਾ ਇਹਨਾਂ ਸ਼ਾਇਦ ਉਹ ਵੋਟ ਕੀਆ ਮਾੜਾ-ਮੋੜਾ ਫਾਈਟ 'ਚ ਵੀ ਆ ਜਾਂਦੇ ਕਿਉਂਕਿ ਯਾਲੀ ਦਾ ਪ੍ਰਭਾਵ ਵੀ ਹੈਗਾ ਤਾਂ ਇਸ ਕਰਕੇ ਜਿਹੜਾ ਕੁੱਲ ਮਿਲਾ ਕੇ ਦੇਖਿਆ ਜਾਵੇ ਉਹ ਸੀਟ ਦਾ ਨਤੀਜਾ ਲਗਭਗ ਸਾਫ਼ ਹੀ ਹੈਗਾ ਕਿ ਉੱਥੇ ਰਾਜਾ ਬੜਿੰਗ ਚੰਗੇ ਮਾਰ ਜਨ ਨਾਲ ਕੀ ਉਹ ਸੀਟ ਕਲੀਅਰ ਕਰੂਗਾ ਉਸ ਤੋਂ ਆਪਾਂ ਅੱਗੇ ਆ ਜਾਂਦੇ ਹਾਂ ਏ ਲੁਧਿਆਣਾ ਹੁਣ ਜੇ ਨਾਲ ਇੱਕ ਇੱਕ ਹਲਕੇ ਹੋ ਡਿਸਕਸ ਕਰ ਲਨੇ ਆ ਉਹ ਚਰਚਤ ਹਲਕਾ ਜਲੰਧਰ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਸਾਬਕਾ ਸੀਐਮ ਨੇ ਉਹਨਾਂ ਦਾ ਮੁਕਾਬਲਾ ਜਿਹੜਾ ਬਾਕੀਆਂ ਨਾਲ ਉਹ ਲਗਭਗ ਉਹ ਨੇ ਜਿਹੜੇ ਤਿਤਲੀਆਂ ਨੇ ਜਿਹੜੀਆਂ ਇੱਕ ਦੂਜੇ ਤੋਂ ਸ਼ਿਫਟ ਹੋ ਕੇ ਆਈਆਂ ਤਿੰਨੇ ਪਾਰਟੀਆਂ ਦੀਆਂ ਉੱਥੇ ਕੀ ਮਾਹੌਲ ਲੱਗ ਰਿਹਾ ਤੁਸੀਂ ਭਾਈ ਗੱਲ ਕੀ ਦੀਆਂ ਤਿਤਲੀਆਂ ਦੀ ਤਿਤਲੀਆਂ ਨੂੰ ਲੋਕ ਕਹਦੇ ਕੀ ਸਾਬਕਾ ਸਿਖਾਉਣਗੇ ਹੁਣ ਉੱਥੇ ਤੁਸੀਂ ਦੇਖਿਆ ਚਰਨਜੀਤ ਚੰਨੀ ਦੇ ਨਾਲ ਬੜੇ ਫਾਇਦੇ ਆ ਸਭ ਤੋਂ ਵੱਡੀ ਗੱਲ ਤਾਂ ਕੀ ਆ ਜਿਹੜਾ ਐਸਸੀ ਵੋਟ ਬੈਂਕ ਆ ਉਹ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਰਹਿੰਦੇ ਉਹਨੇ ਆਪਦੀ ਛਾਪ ਛੱਡੀ ਆ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਵੀ ਛੱਡੀ ਆ ਉਹਨੇ ਜਿਹੜੀ ਗੱਲ ਕਰਦਾ ਸੀ ਪ੍ਰਧਾਨ ਮੰਤਰੀ ਨੂੰ ਜਿਵੇਂ ਜਿਹੜੇ ਮੈਂ ਕਿ ਸਾਫ گوئی ਨਾਲ ਤੇ ਜਿਹੜੀ ਦਲੇਰੀ ਨਾਲ ਉਹਨੇ ਜਵਾਬ ਦਿੱਤਾ ਜਦੋਂ ਕਹਿੰਦਾ ਸੀ ਮੈਂ ਇੱਥੋਂ ਜਿਉਂਦਾ ਵਾਪਸ ਵਗਿਆ ਤੋਂ ਉਹਨੇ ਜਿਹੜੀ ਗੱਲ ਮਾਕੇ ਉਹਦੇ ਮੂੰਹ ਤੇ ਮਾਕੇ ਉਹ ਕਹੀ ਸੀ ਉਹ ਗੱਲ ਦਾ ਬੜਾ ਵੱਡਾ ਮਾਕੇ ਫੈਕਟਰ ਲੋਕਾਂ ਦੇ ਵਿੱਚ ਲੋਕ ਉਹਨੂੰ ਜ਼ਰੂਰਤ ਵਾਲਾ ਮੰਨਦੇ ਵੀ ਹੈਗੇ ਆ ਦੂਜਾ ਪੜਿਆ ਲਿਖਿਆ ਵੀ ਹੈਗਾ ਤਾਂ ਚੰਨੀ ਦਾ ਲਗਭਗ ਉੱਤੇ ਉੱਪਰ ਹੈਡ ਹੈਗਾ ਪਰ ਜੇ ਅਸੀਂ ਦੂਜਿਆਂ ਨੂੰ ਡਿਸਕਸ ਕਰੀਏ ਇੱਕ ਦੂਜੇ ਦੇ ਜਿਵੇਂ ਜੜਾਂ 'ਚ ਬੈਠਣ ਵਾਲੀ ਆਪਾਂ ਗੱਲ ਕਰ ਲੈਣੇ ਆ ਜਲੰਧਰ ਤੋਂ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਆ ਉਹ ਬਾਈ ਜੀ ਕਾਂਗਰਸ ਦੇ ਵਿੱਚੋਂ ਪਹਿਲਾਂ ਆਪ ਚ ਜਾਂਦਾ ਆਪ ਚੋਂ ਫਿਰ ਭਾਜਪਾ ਜਾਂਦਾ ਹੁਣ ਜਿਹੜਾ ਬੰਦਾ ਦੀ ਕ੍ਰੈਡੀਬਿਲਟੀ ਕੋਆ ਲੈਂਦਾ ਹੈ ਨਾ ਉਹਦੇ ਤੇ ਬੰਦਾ ਕੋਈ ਯਕੀਨ ਬਹੁਤਾ ਕਰਦਾ ਨਹੀਂ ਠੀਕ ਹੈ ਨਾ ਸਟੰਟ ਜਿੰਨੇ ਮਰਜ਼ੀ ਕਰੀ ਜਾਵੇ ਤਾਂ ਇਸ ਕਰਕੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਆ ਉਹ ਬਹੁਤਾਂ ਮਜ਼ਬੂਤ ਹੈ ਨਹੀਂ ਜਿਹੜਾ ਆਪਣਾ ਪਵਨ ਕੁਮਾਰ ਟੀਨੂ ਉੱਥੇ ਮਾ ਕੇ ਜਿਹੜੇ ਖੜੇ ਹੋਇਆ ਉਹ ਲਗਭਗ ਉਹਦੇ ਨਾਲ ਹੀ ਮੁਕਾਬਲਾ ਇਹਦਾ ਮੰਨ ਸਕਦੇ ਹਾਂ ਅਸੀਂ ਹੁਣ ਪਵਨ ਕੁਮਾਰ ਟੀਨੂ ਆ ਜਿਹੜਾ ਉਹ ਬੇਸ਼ੱਕ ਪਹਿਲਾਂ ਵੀ ਜੀ ਮਾ ਕੇ ਬਸਪਾ ਦੇ ਵਿੱਚੋਂ ਇਲੈਕਸ਼ਨ ਲੜਦਾ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਂਦਾ ਉਹਨੂੰ ਵੀ ਇੱਕ ਤਿਤਲੀ ਮੰਨ ਸਕਦੇ ਆ ਆਪਾਂ ਠੀਕ ਹੈ ਨਾ ਇੱਕ ਵਾਰ ਉਹ ਮਾ ਕੇ ਪਹਿਲਾਂ ਚਲੋ ਐਮਐਲਏ ਵੀ ਰਹੇ ਆ ਉਸ ਤੋਂ ਬਾਅਦ ਕੀ ਆ ਹੁਣ ਉਹ ਆਪ ਦੇ ਕੰਨੀਓ ਇਲੈਕਸ਼ਨ ਲੜ ਰਹੇ ਆ ਪਰ ਉਹਨੂੰ ਇੱਕ ਸਟਰੋਂਗ ਤਾਂ ਮੰਨਿਆ ਜਾ ਰਿਹਾ ਕਿਉਂਕਿ ਤਾਂ ਉਹਨੂੰ ਲੋਕ ਜਾਣਦੇ ਆ ਇੱਕ ਤਾਂ ਚਿਹਰਾ ਹੈ ਜਿਹਨੂੰ ਕੋਈ ਲੋਕ ਜਾਣਦੇ ਨਹੀਂ ਹੁੰਦੇ ਹਲਕਾ ਬੜਾ ਵੱਡਾ ਹੋ ਜਾਂਦਾ ਲੋਕ ਸਭਾ ਹਲਕਾ ਉਹ ਜਾਣਿਆ ਪਛਾਣਾ ਚਿਹਰਾ ਵੀ ਹੈਗਾ ਲੋਕ ਜਾਣਦੇ ਆ ਬਾਕੀ ਸਰਕਾਰ ਹੈਗੀ ਆ ਇਸ ਕਰਕੇ ਤੀਨੂ ਮਾ ਕੇ ਉਥੇ ਮੁਕਾਬਲੇ ਚ ਮਾ ਕੇ ਆ ਵੀ ਰਿਹਾ ਸ਼੍ਰੋਮਣੀ ਕਾਲ ਦਾ ਆਪ ਦਾ ਗ੍ਰਾਫ ਡਾਊਨ ਹੋਣ ਕਰਕੇ ਬੇਸ਼ੱਕ ਉਹਨਾਂ ਨੇ ਕੀ ਇੱਕ ਤਿਤਲੀ ਹੋਰ ਲਈ ਆ ਮਾਰਕ ਮੈਂਦਰ ਸਿੰਘ ਕੇਪੀ ਲੈ ਕੇ ਆਇਆ ਉਹ ਉਹ ਬੰਦਾ ਕਾਂਗਰਸ ਦਾ ਪ੍ਰਧਾਨ ਵੀ ਰਹਿੰਦਾ ਤੇ ਜੇ ਅਸੀਂ ਕਹੀਏ ਪੰਥਕ ਸਫਾ ਦੇ ਵਿੱਚ ਜਿਹੜਾ ਬੰਦਾ ਸਾਰੀ ਉਮਰ ਕੀ ਉਹਨਾਂ ਦੇ ਨਾਲ ਖੜਾ ਜਿਨ੍ਹਾਂ ਦੇ ਨਾਲ ਸਭ ਤੋਂ ਵੱਡੀ ਥੋੜੀ ਵਿਰੋਧਤਾ ਰਹੀ ਆ ਅਕਾਲ ਤਖਤ ਦੇ ਮਸਲੇ ਜਿਹੜੇ ਕੀ ਆ ਤੁਸੀਂ ਕਟੜੇ ਚ ਮਾ ਕੇ ਜਿਨ੍ਹਾਂ ਨੂੰ ਖੜਾ ਮੰਨਦੇ ਹੋ ਉਹਨਾਂ ਦਾ ਜਿਹੜਾ ਸਟੇਟ ਦਾ ਹੈਡ ਰਹਾ ਤੁਸੀਂ ਅੱਜ ਉਹਨਾਂ ਦੀ ਪਾਰਟੀ ਜਿਲੀ ਆ ਕੇ ਟਿਕਟ ਵੀ ਦੇ ਦਿੱਤੀ ਤਾਂ ਕਿਤੇ ਨਾ ਕਿਤੇ ਆਪ ਦਾ ਲੋਕਲ ਵਰਕਰ ਵੀ ਨਿਰਾਸ਼ ਹੋਇਆ ਜਿਹੜੇ ਲੋਕਲ ਲੀਡਰਸ਼ਿਪ ਆ ਉਹ ਵੀ ਨਿਰਾਸ਼ ਹੋਈ ਆ ਕਿਉਂਕਿ ਹਰ ਬੰਦੇ ਨੂੰ ਚਾਹਤ ਹੁੰਦੀ ਆ ਮੈਂ ਕਹਣਾ ਐਸ ਇਲੈਕਸ਼ਨ ਦੇ ਵਿੱਚ ਤਿਤਲੀਆਂ ਨੂੰ ਸੀਟਾਂ ਦੇਣ ਦੀ ਥਾਂ ਤੇ ਆਪਦੇ ਬੰਦਿਆਂ ਨੂੰ ਦੰਦੇ ਤਾਂ ਲੋਕਾਂ ਦੇ ਵਿੱਚ ਇੰਨਾ ਰੋ ਪਰ ਉਸੇ ਚਰਨਜੀਤ ਚੰਨੀ ਦਾ ਲਗਭਗ ਅਪਰ ਹੈਂਡ ਉਹ ਲਗਭਗ ਸੀਟ ਕਲੀਅਰ ਕਰਨਗੇ ਪਵਨ ਕੁਮਾਰ ਤੀਨੂ ਨਾਲ ਹੀ ਉਹਦਾ ਮੁਕਾਬਲਾ ਹੋਣਾ ਜਿਹੜਾ ਆਮ ਆਦਮੀ ਪਾਰਟੀ ਦਾ ਮੱਕੇ ਕੈਂਡੀਡੇਟ ਹੈਗਾ ਉਥੇ ক্লোਜ਼ ਫਾਈਟ ਵੀ ਹੈ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਚਰਨਜੀਤ ਚੰਨੀ ਦੇ ਵੱਲ ਜਿਹੜੀ ਜਲੰਧਰ ਦੀ ਲੋਕਲ ਵੋਟ ਆ ਉਹ ਵੀ ਲਗਭਗ ਜਿਵੇਂ ਪਹਿਲਾਂ ਕੀਤਾ ਵੀ ਇੰਡਸਟਰੀ ਹੈਗੀ ਆ ਤੇ ਇੰਡਸਟਰੀ ਭਾਜਪਾ ਨਾਲੋਂ ਨਾਰਾਜ਼ ਆ ਪੰਜਾਬ ਦੀ ਠੀਕ ਹੈ ਪੋਲਰਾਈਜੇਸ਼ਨ ਜ਼ਰੂਰ ਵੋਟ ਦੀ ਹੋਈ ਆ ਕਿਸਾਨਾਂ ਦੇ ਵਿਰੋਧ ਦੇ ਵਿੱਚ ਵਪਾਰੀ ਕੀ ਆ ਇਕੱਠੇ ਵੀ ਹੋਇਆ ਪਰ ਉਹ ਵੋਟ ਜਿਹੜੀ ਹੈਗੀ ਆ ਉਹ ਡਿਵਾਈਡ ਹੋਈ ਆ ਕੱਲੇ ਭਾਜਪਾ ਨੂੰ ਨਹੀਂ ਪੈ ਰ ਮਾਕੇ ਸੈਂਟਰਲ ਦੇ ਵਿੱਚ ਉਸ ਕਰਕੇ ਉੱਥੇ ਮਜ਼ਬੂਤ ਜਿਹੜੇ ਮੰਨ ਸਕਦੇ ਆ ਆਪਾਂ ਕਾਂਗਰਸ ਦਾ ਵੋਟ ਬੈਂਕ ਮਜ਼ਬੂਤ ਮੰਨਿਆ ਜਾਂਦਾ ਕਾਡਰ ਵੋਟ ਜਿਹੜੀ ਹੈਗੀ ਆ ਸਭ ਤੋਂ ਵੱਧ ਉਹਨਾਂ ਕੋਲੇ ਆ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਨੇ ਆ ਇਹ ਇੱਥੇ ਹੀ ਸਮਾਪਤ ਕਰਦੇ ਆ ਚਾਰ ਹਲਕਿਆਂ ਤੇ ਡਿਸਕਸ ਕੀਤੀ ਆ ਤੇ ਹੁਣ ਅੱਗੇ ਕਰਾਂਗੇ ਹੋਰ ਹਲਕਿਆਂ ਤੇ